ਸੰਗਤ ਦੀ ਸੇਵਾ ਦਾ ਬਹੁਤ ਵੱਡਾ ਮਹੱਤਵ ਹੈ। ਅੱਜ ਤਾਂ ਪਤਾ ਨਹੀਂ ਸੇਵਾ ਕਰਨ ਤੋਂ ਬੜੀ ਵੱਡੀ ਢਲਿਆਈ। ਸੇਵਾ ਕਰਨ ਨੂੰ ਕਿਸੇ ਵਿਰਲੇ ਦਾ ਮਨ ਕਰਦਾ, ਸੇਵਾ ਕਰਨ ਨੂੰ ਜੀ ਨਹੀਂ ਕਰਦਾ ਵੀ ਸੇਵਾ ਨਾ ਕਰਨੀ ਪੈ ਜਾਏ। ਪਰ ਗੁਰੂ ਘਰ ਵਿੱਚ ਸੇਵਾ ਸਿਮਰਨ ਤੋਂ ਬਿਨਾਂ ਕਿਰਪਾ ਨਹੀਂ ਕਦੇ ਹੁੰਦੀ। ਜੇ ਆਪਾਂ ਲੰਗਰ ਵਿੱਚ ਆ ਕੇ ਬਰਤਨ ਚਾਰ ਮਾਂਝ ਲਵਾਂਗੇ, ਕਿਤੇ ਹੱਥ ਨਹੀਂ ਘਸ ਚੱਲੇ। ਸੰਗਤ ਨੂੰ ਲੰਗਰ ਵਰਤਾ ਦਿਆਂਗੇ, ਕੋਈ ਨੁਕਸਾਨ ਨਹੀਂ ਹੋ ਚੱਲਿਆ। ਕੜਾ ਪ੍ਰਸ਼ਾਦ ਵਰਤਾਵਾਂਗੇ, ਸਾਡਾ ਭਲਾ ਹੋਣਾ। ਲੰਗਰ ਵਰਤਾਉਣਾ ਸਾਡਾ ਭਲਾ ਹੋਣਾ, ਜੋੜੇ ਝਾੜਨੇ ਸਾਡਾ ਭਲਾ ਹੋਣਾ, ਝਾੜੂ ਦੇਣਾ ਸਫਾਈ ਕਰਨੀ ਸਾਡਾ ਭਲਾ ਹੋਣਾ, ਲੰਗਰ ਪਕਾਉਣਾ ਸਾਡਾ ਭਲਾ ਹੋਣਾ, ਗੁਰੂ ਕੀਆਂ ਇਮਾਰਤਾਂ ਵਿੱਚ ਲੱਕ ਬੰਨ ਕੇ ਲੱਗਣਾ, ਇਹ ਸਾਡੀ ਦੇਹ ਪਵਿੱਤਰ ਹੋ ਜਾਣੀ ਹੈ। ਸੰਗਤ ਜੀ, ਮਨ ਵਿੱਚ ਆਪਾਂ ਵਿਚਾਰ ਕੇ ਦੇਖੀਏ ਕਿ ਮਨੁੱਖ ਦਾ ਜਿਹੜਾ ਜੀਵਨ ਹੈ ਨਾ, ਇਹਦੀ ਕੀਮਤ ਪਸ਼ੂਆਂ ਜਿੰਨੀ ਵੀ ਨਹੀਂ ਸਰੀਰ ਦੀ। ਪਸ਼ੂ ਦਾ ਤਾਂ ਚਮੜਾ ਵੀ ਵਿਕਦਾ, ਹੱਡ ਵੀ ਵਿਕਦੇ ਹੈ, ਲੋਕਾਂ ਦੇ ਕੰਮ ਆਉਂਦੇ ਹੈ। ਹੱਡੀਆਂ ਦੀਆਂ ਬੜੀਆਂ ਵਸਤੂਆਂ ਬਣਦੀਆਂ, ਚਮੜੇ ਦੇ ਜੋੜੇ ਬਣਦੇ ਹੈ। ਜੇ ਦੇਹ ਦੀ ਗੱਲ ਕਰੀਏ ਨਾ, ਵੀ ਦੇਹ ਨੂੰ ਸੰਵਾਰੀ ਜਾਈਏ, ਸੰਭਾਲੀ ਜਾਈਏ, ਸੇਵਾ ਵਿੱਚ ਨਾ ਲਾਈਏ, ਤਾਂ ਸੰਗਤ ਜੀ ਇਹ ਦੇਹ ਦੀ ਤਾਂ ਕਾਣੀ ਕੌਡੀ ਜਿੰਨੀ ਕੀਮਤ ਨਹੀਂ, ਇਹ ਤਾਂ ਦੂਜਿਆਂ 'ਤੇ ਭਾਰ ਬਣ ਜਾਂਦੀ ਹੈ। ਗਰੀਬਾਂ ਕੋਲੋਂ ਅੰਤਿਮ ਕਿਰਿਆ ਵੀ ਨਹੀਂ ਹੁੰਦੀ, ਲੋਕ ਵਿਚਾਰੇ ਕਿਰਿਆ ਕਰਾਉਂਦੇ ਹੈ, ਭਾਵ ਦੂਜਿਆਂ 'ਤੇ ਭਾਰ ਬਣਦੀ ਹੈ। ਜੇ ਇਸ ਦੇਹ ਨਾਲ ਸੇਵਾ ਸਿਮਰਨ ਕਰ ਲਈਏ, ਇਹਨੂੰ ਸਫਲੀ ਕਰ ਲਈਏ, ਬਿਨ ਸੇਵਾ ਧ੍ਰਿਗ ਹੱਥ ਪੈਰ ਹੋਰ ਨਿਹਫਲ ਕਰਨੀ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ, ਤਰਕਾਰ ਉਹਨਾਂ ਹੱਥਾਂ ਨੂੰ ਹੈ ਜਿਹੜੇ ਹੱਥ ਸੇਵਾ ਵਿੱਚ ਨਹੀਂ ਲੱਗਦੇ, ਸੇਵਾ ਵਿੱਚ ਹੱਥ ਨਹੀਂ ਵੰਡਾਉਣਾ। ਇੰਨਾ ਆਲਸ, ਇੰਨਾ ਦਲਿੱਦਰਪੁਣਾ, ਔਰ ਫਿਰ ਪੈਰਾਂ ਨਾਲ ਚੱਲ ਕੇ ਸੰਗਤ ਵਿੱਚ ਨਾ ਕਦੇ ਜਾਣਾ। ਭਾਈ ਸਾਹਿਬ ਕਹਿੰਦੇ ਤਰਕਾਰ ਹੈ ਉਹਨਾਂ ਹੱਥਾਂ ਨੂੰ ਜਿਹੜੇ ਹੱਥ ਸੇਵਾ ਵਿੱਚ ਨਹੀਂ ਲੱਗਦੇ। ਸੋ ਗੁਰਸਿੱਖ ਨੂੰ ਚਾਹ ਹੋਵੇ ਜਦੋਂ ਕੋਈ ਸੇਵਾ ਸਾਹਮਣੇ ਦਿਸੇ, ਲੱਕ ਬੰਨ ਕੇ ਤੁਰ ਪਵੇ ਕਿ ਮੇਰੇ ਭਾਗ ਜਾਗੇ, ਮੈਨੂੰ ਸੇਵਾ ਮਿਲੀ ਹੈ, ਧੰਨ ਭਾਗ ਮੈਨੂੰ ਸੇਵਾ ਪ੍ਰਾਪਤ ਹੋਈ। ਇਹ ਸਰੀਰ ਇਕੱਲਾ ਲੇਪਾ ਪੋਚੀ ਵਾਸਤੇ ਨਹੀਂ ਮਿਲਿਆ, ਇਹ ਸੇਵਾ ਵਾਸਤੇ ਮਿਲਿਆ। ਦਸਮ ਪਿਤਾ ਜੀ ਨੇ ਜਦੋਂ ਆਨੰਦਪੁਰ ਸਾਹਿਬ ਵਿਖੇ ਦਿਨ ਦੇ ਦੀਵਾਨ ਵਿੱਚ ਛਕਣ ਵਾਸਤੇ ਜਲ ਮੰਗਿਆ, ਹਜ਼ੂਰੀ ਗੜਬਈ ਕੋਲੇ ਨਹੀਂ ਸੀ ਉਸ ਸਮੇਂ, ਤਾਂ ਦੂਸਰੀ ਵਾਰੀ ਸਤਿਗੁਰੂ ਜੀ ਆਖਣ ਲੱਗੇ, ਭਾਈ ਪਿਆਸ ਲੱਗੀ ਹੈ, ਕੋਈ ਸਿੱਖ ਜਲ ਛਕਾਵੇ। ਬੜਾ ਅਮੀਰ ਪਰਿਵਾਰ ਦਾ ਬੱਚਾ, ਨੌਜਵਾਨ, ਬੜਾ ਸੁੰਦਰ ਉਹਦਾ ਸਰੀਰ, ਉੱਠਿਆ ਕੇ ਭਾਗ ਜਾਗੇ ਹੈ, ਜਾ ਕੇ ਬਰਤਨ ਮਾਂਜੇ, ਬਰਤਨ ਮਾਂਜ ਕੇ ਠੰਡਾ ਜਲ ਸਤਿਗੁਰੂ ਜੀ ਦੇ ਛਕਣ ਵਾਸਤੇ ਸਤਲੁਜ ਦਰਿਆ ਦਾ ਲੈ ਕੇ ਆਇਆ। ਜਦੋਂ ਸਤਿਗੁਰੂ ਜੀ ਦੇ ਅੱਗੇ ਉਹ ਜਲ ਦਾ ਬਰਤਨ ਕੀਤਾ ਨਾ, ਉਹਦੇ ਕੋਮਲ ਕੋਮਲ ਹੱਥ, ਸੋਹਣੇ ਸੋਹਣੇ ਹੱਥ ਵੇਖ ਕੇ ਮਹਾਰਾਜ ਉਹਦੇ ਸਰੀਰ ਵੱਲ ਵੇਖ ਕੇ ਆਖਣ ਲੱਗੇ, ਜਵਾਨਾ, ਗੁਰੂ ਘਰ ਦਿਆ ਸੇਵਕਾ, ਕਦੇ ਕੋਈ ਇਹਨਾਂ ਹੱਥਾਂ ਨਾਲ ਸੇਵਾ ਕੀਤੀ ਅੱਜ ਤੱਕ? ਕਹਿਣ ਲੱਗਾ, ਸੱਚੇ ਪਾਤਸ਼ਾਹ, ਤੁਸੀਂ ਇੰਨੀ ਕਿਰਪਾ ਕੀਤੀ ਹੈ,
ਘਰ ਵਿੱਚ ਇੰਨੀ ਅਮੀਰੀ ਬਖਸ਼ੀ ਹੈ, ਧਨ ਬਖਸ਼ਿਆ, ਪਦਾਰਥ ਦਿੱਤਾ, ਕੱਪੜੇ ਐਨ ਚੰਗੀ ਤਰ੍ਹਾਂ ਧੋ ਕੇ ਸਾਫ ਕਰਕੇ ਤਿਆਰ ਕਰਕੇ ਮੇਰੇ ਅੱਗੇ ਰੱਖਣ ਵਾਲੇ ਮੇਰੇ ਨੌਕਰ ਹਨ, ਮੇਰਾ ਇਸ਼ਨਾਨ ਕਰਾਉਣ ਵਾਲੇ ਵੀ ਮੇਰੇ ਨੌਕਰ ਹੈ, ਭੋਜਨ ਛਕਾਉਣ ਵਾਲੇ ਵੀ ਨੌਕਰ ਹੈ, ਗਰਮੀ 'ਚ ਨੌਕਰ ਪੱਖਾ ਝੱਲਦੇ ਹੈ, ਸਰਦੀ ਵਿੱਚ ਕੋਲੇ ਲਿਆ ਕੇ ਨਿੱਘਾ ਮੇਰੇ ਕਮਰੇ ਨੂੰ ਕਰਦੇ ਹੈ, ਅੱਠੇ ਪੈਰ ਨੌਕਰ ਚਾਕਰ ਉਦਾਲੇ ਰਹਿੰਦੇ ਹਨ ਕਿ ਕਦੋਂ ਕਿਹੜੇ ਵਸਤੂ ਦੀ ਮੈਨੂੰ ਲੋੜ ਪਵੇ ਅਤੇ ਨੌਕਰ ਹਾਜ਼ਰ ਕਰਨ। ਮਹਾਰਾਜ ਜੀ ਨੇ ਚਲਾ ਕੇ ਜਲ ਦਾ ਬਰਤਨ ਮਾਰਿਆ ਸੰਗਤ ਵਿੱਚ, ਕਹਿੰਦੇ ਉਹ ਤੇਰੇ ਵਰਗੇ ਮੁਰਦੇ ਦੇ ਹੱਥਾਂ ਦਾ ਜਲ ਨਹੀਂ ਛਕਣਾ, ਇਹ ਮੁਰਦੇ ਦੇ ਹੱਥ ਹੈ। ਕਹਿਣ ਲੱਗਾ ਮਹਾਰਾਜ ਮੈਂ ਤਾਂ ਜਿਉਂਦਾ। ਕਹਿੰਦੇ ਨਹੀਂ, ਸੇਵਾ ਤੋਂ ਬਿਨਾਂ ਬੰਦੇ ਦਾ ਸਰੀਰ ਮੁਰਦਾ, ਤੇਰੇ ਹੱਥ ਨਹੀਂ ਘਸੇ, ਤੇਰੇ ਨਹੁੰ ਨਹੀਂ ਘਸੇ, ਬਰਤਨ ਮਾਂਜ ਮਾਂਜ ਕੇ ਹੱਥਾਂ 'ਤੇ ਸੇਵਾ ਕਰਕੇ ਅੱਟਣ ਨਹੀਂ ਪਏ, ਇਹ ਮੁਰਦੇ ਦੇ ਹੱਥ ਹੈ। ਇਸ ਮੁਰਦੇ ਦੇ ਹੱਥੋਂ ਜਲ ਛਕਣਾ, ਇਹ ਜਲ ਵੀ ਅਪਵਿੱਤਰ ਹੋ ਗਿਆ, ਸੁੱਟਾ ਨਹੀਂ ਰਿਹਾ। ਮਹਾਰਾਜ ਕਹਿੰਦੇ ਚਰਨਾਂ ਢਹਿ ਪਿਆ, ਮਹਾਰਾਜ ਕਿਰਪਾ ਕਰੋ। ਕਹਿੰਦੇ ਜੇ ਮੁਰਦੇ ਪੁਣੇ ਦਾ ਝੂਠ, ਮੁਰਦੇ ਪੁਣੇ ਦਾ ਪਵਿੱਤਰ ਪੁਣਾ ਲਾਉਣਾ ਨਾ, ਤਾਂ ਜਾ ਕੇ ਲੰਗਰ ਵਿੱਚ ਬਰਤਨ ਮਾਂਜ, ਜੋੜੇ ਝਾੜ, ਝਾੜੂ ਦੇ। ਜਦੋਂ ਸਾਨੂੰ ਪਤਾ ਲੱਗ ਗਿਆ ਤੂੰ ਜਿਉਂਦਾ ਹੋ ਗਿਆ, ਸੇਵਾ ਕਰਦਿਆਂ ਕਰਦਿਆਂ ਤੇਰੀ ਦੇਹ ਪਵਿੱਤਰ ਹੋ ਗਈ ਨਾ, ਫਿਰ ਤੇਥੋਂ ਜਲ ਛਕਾਂਗੇ। ਇਹ ਸਿੱਖਿਆ ਦਿੱਤੀ ਸੱਚੇ ਪਾਤਸ਼ਾਹ ਜੀ ਨੇ, ਸਾਨੂੰ ਦਿੱਤੀ ਹੈ ਸਿੱਖਿਆ। ਇਸ ਕਰਕੇ ਭਾਈ ਸੇਵਾ ਤੋਂ ਕਦੇ ਕੰਨੀ ਨਹੀਂ ਕਰਤਰਾਉਣੀ ਚਾਹੀਦੀ, ਸੇਵਾ ਤੋਂ ਲੜੀ ਨਹੀਂ ਜਾਣਾ ਚਾਹੀਦਾ। ਤੂੰ ਲਿਆ ਮੈਂ ਕਿਉਂ ਕਰਾਂ, ਇਹ ਸੇਵਾ ਕਰਕੇ ਤਾਂ ਵੇਖੋ ਭਲਾ ਤੁਹਾਡਾ ਹੋਣਾ, ਜੇ ਦੂਜਾ ਕਰੇਗਾ ਦੂਜੇ ਦਾ ਹੋਏਗਾ। ਸੇਵਾ ਤੋਂ ਕਦੇ ਆਲਸ ਨਹੀਂ ਕਰਨੀ ਚਾਹੀਦੀ, ਸੇਵਾ ਕਰਦਿਆਂ ਤਾਂ ਚਾਹ ਹੋਣਾ ਚਾਹੀਦਾ, ਖਿੜੇ ਮੱਥੇ ਸੇਵਾ ਗੁਰੂ ਦੇ ਦਰ ਦੀ ਕਰਨੀ ਚਾਹੀਦੀ ਹੈ, ਧੰਨ ਭਾਗ ਸਮਝ ਕੇ ਕਰਨੀ ਚਾਹੀਦੀ ਹੈ। ਇੱਥੇ ਵੀ ਸਤਿਗੁਰੂ ਕਹਿ ਰਹੇ ਸੇਵਾ ਕਰੋ ਹੋਏ ਮਨ ਦੀਨ, ਸੇਵਾ ਜਦੋਂ ਕਰਨੀ ਹੈ ਦੀਨ ਨਿਮਰਤਾ ਧਾਰ ਕੇ, ਗਰੀਬੀ ਧਾਰ ਕੇ ਸੇਵਾ ਕਰਨੀ ਹੈ, ਆਕੜ ਨਹੀਂ ਕਰਨੀ, ਹੰਕਾਰ ਨਹੀਂ ਕਰਨਾ ਮਨ ਵਿੱਚ ਸੇਵਾ ਕਰਦਿਆਂ ਵੀ ਮੈਂ ਇੰਨੀ ਸੇਵਾ ਕਰ ਲਈ ਜਾਂ ਇੰਨੀ ਕਰਨਾ। ਮਹਾਰਾਜ ਕਹਿੰਦੇ ਨਹੀਂ ਨਹੀਂ, ਸੇਵਾ ਕਰੋ ਹੋਏ ਮਨ ਦੀਨ, ਦੀਨ ਬਣ ਕੇ ਗਰੀਬੀ ਧਾਰ ਕੇ, ਮਨ ਦੀ ਗਰੀਬੀ ਨਾਲ, ਤਨ ਦੀ ਨਿਮਰਤਾ ਨਾਲ, ਗੁਰੂ ਘਰ ਦੀ ਗੁਰਸਿੱਖੋ ਸੇਵਾ ਕਰਨੀ ਹੈ, ਸੇਵਾ ਦੀ ਕਮਾਈ ਕਰਨੀ ਹੈ। ਸਾਤ ਸੰਗਤ ਜੀ, ਮੈਂ ਵੇਖਿਆ ਬਾਹਰਲੇ ਮੁਲਕਾਂ ਵਿੱਚ ਜਦੋਂ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਅਮੈਰੀਕਾ ਕਨੇਡਾ ਵਿੱਚ ਗਏ ਨਾ, ਤੇ ਬਾਬਾ ਜੀ ਨੇ ਕਈ ਵਾਰੀ ਸਿੰਘਾਂ ਨੂੰ ਇਸ਼ਾਰਾ ਕਰਨਾ ਵੀ ਜਾਓ ਦੇਗ ਵਰਤਾਓ, ਕਿਸੇ ਨੇ ਉੱਠਣਾ ਨਹੀਂ। ਮੈਂ ਅੱਖੀ ਵੇਖਿਆ ਵੀ ਅਸੀਂ ਬੜੇ ਸੁੰਦਰ ਚੋਲੇ ਪਾਏ, ਅਸੀਂ ਰਾਗੀ, ਅਸੀਂ ਗਿਆਨੀ। ਇੱਕੋ ਵਾਰੀ ਵੇਖਿਆ ਬਾਬਾ ਜੀ ਨੇ, ਦੂਜੇ ਵਾਰੀ ਸਾਧ ਸੰਗਤ ਜੀ ਆਪ ਉੱਠੇ, ਲੱਕ ਬੰਨ ਕੇ ਹੱਥ ਸੁੱਚੇ ਕਰਕੇ ਦੇਗ ਵਰਤਾਉਣ ਲੱਗ ਪਏ। ਸਾਰੀ ਸੰਗਤ ਨੂੰ ਮਹਾਂਪੁਰਖ ਆਪ ਦੇਗ ਵਰਤਾਉਂਦੇ, ਦੀਵਾਨਾਂ ਵਿੱਚ ਆਸਣ ਤੇ ਬੁਲਾ ਲਿਆ। ਕਹਿਣ ਲੱਗੇ ਤੁਹਾਨੂੰ ਪਤਾ ਕਿ ਦੇਗ ਦੀ ਕਿੱਡੀ ਵੱਡੀ ਸੇਵਾ, ਤੁਹਾਨੂੰ ਕੀ ਹੋ ਚੱਲਿਆ,
ਜੇ ਤੁਸੀਂ ਦੇਗ ਵਰਤਾ ਦਿਓਗੇ ਤੁਹਾਡਾ ਰੁਤਬਾ ਘੱਟ ਚੱਲਿਆ ਰਾਗੀਆਂ ਦਾ ਗਿਆਨੀਆਂ ਦਾ। ਆਪ ਦੇਗ ਵਰਤਾਉਣ ਲੱਗ ਜਾਣਾ ਸੰਗਤ ਵਿੱਚ, ਪੂਰਨੇ ਪਾਏ ਸਾਰਿਆਂ ਨੂੰ ਸ਼ਰਮਿੰਦਗੀ ਹੋਈ, ਫਿਰ ਅੱਗੇ ਤੋਂ ਇੱਕ ਦੂਜੇ ਤੋਂ ਅੱਗੇ ਲੱਗ ਕੇ ਤੁਰਨ, ਫਿਰ ਘਰਾਂ ਵਿੱਚ ਲੰਗਰ ਹੋਣਾ, ਸਾਰਿਆਂ ਨੇ ਚੌਂਕੜੇ ਮਾਰ ਕੇ ਬਹਿ ਜਾਣਾ ਵੀ ਸਾਨੂੰ ਛਕਾ ਦਿਓ, ਸਾਨੂੰ ਨਾ ਛਕਾਉਣਾ ਪਵੇ। ਬਾਬਾ ਜੀ ਨੇ ਆਪ ਲੱਕ ਬੰਨ ਕੇ ਲੰਗਰ ਵਰਤਾਉਣ ਲੱਗ ਜਾਣਾ, ਆਪ ਹੱਥ ਸੁੱਚੇ ਕਰਾਉਣੇ। ਫਿਰ ਸ਼ਰਮ ਤਾਂ ਆਉਂਦੀ ਹੈ ਨਾ ਜਦੋਂ ਮਹਾਂਪੁਰਖ ਲੱਗੇ ਹੋਣ, ਸਾਧੂ ਪੂਰਨੇ ਪਾਉਂਦੇ ਹੈ। ਬਾਬਾ ਜੀ ਨੇ ਆਪ ਲੰਗਰ ਵਰਤਾਉਣਾ, ਆਪ ਜੂਠੇ ਬਰਤਨ ਮਾਂਡਣ ਲੱਗ ਜਾਣਾ ਸੰਗਤ ਦੇ। ਐਸੀ ਮਹਾਨ ਆਤਮਾ ਮਹਾਂਪੁਰਖ ਸਨ, ਐਡੀ ਕਰਨੀ ਸੀ ਉਹਨਾਂ ਦੀ ਸੰਗਤ ਜੀ, ਕਿਉਂ ਉਹਨਾਂ ਦੀ ਐਡੀ ਮਹਾਨ ਕਰਨੀ ਸੀ। ਜਦੋਂ ਤੋਂ ਜਥੇ ਚਾਏ ਉਹਨਾਂ ਨੇ ਮਹਾਂਪੁਰਖਾਂ ਦੀ ਹੱਥੀ ਸਾਲੋ ਸਾਲ ਉਹ ਸੇਵਾ ਕੀਤੀ ਜਿਹੜਾ ਬੰਦਾ ਆਪਣੇ ਮਾਂ ਬਾਪ ਦੀ ਵੀ ਨਹੀਂ ਕਰ ਸਕਦਾ। ਮਹਾਂਪੁਰਖਾਂ ਦੇ ਵਸਤਰ ਧੋਣੇ, ਉਹਨਾਂ ਦੀ ਕਿਰਿਆ ਵਾਲੇ ਹੱਥ ਸਾਫ਼ ਕਰਾਉਣੇ, ਇਸ਼ਨਾਨ ਕਰਾਉਣਾ, 24 ਘੰਟੇ ਕੋਲੇ ਗੁਟਕਾ ਲੈ ਕੇ ਬਾਣੀ ਪੜ੍ਹਦੇ ਰਹਿਣਾ, ਹੁਕਮ ਉਡੀਕਣਾ ਕਿ ਮਹਾਂਪੁਰਖ ਹੁਕਮ ਕਰਨ ਕੀ ਸੇਵਾ ਕਰੀਏ। ਤਾਂ ਹੀ ਸੰਗਤ ਜੀ ਇੰਨੇ ਬਿਖਮ ਸਮੇਂ 'ਚ ਉਹਨਾਂ ਦੇ ਤਪ ਦੇ ਤੇਜ ਨੇ, ਉਹਨਾਂ ਦੀ ਕਮਾਈ ਨੇ ਜਥੇਬੰਦੀ ਨੂੰ ਆਂਚ ਨਹੀਂ ਆਉਣ ਦਿੱਤੀ। ਜਦੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਸੀ, ਉਹਨਾਂ ਮਹਾਂਪੁਰਖਾਂ ਦਾ ਤਪ ਸੀ, ਉਹਨਾਂ ਕੋਲ ਸੇਵਾ ਦਾ ਤਪ ਸੀ, ਬਾਣੀ ਦਾ ਤਪ ਸੀ, ਇਹ ਉਹਨਾਂ ਨੇ ਕਮਾਈਆਂ ਕੀਤੀਆਂ। ਇਸ